ਕੰਮੋ ਹਾਂ ਵੀਰੇ ਕਿੰਨਾ ਕੁ ਟਾਈਮ ਹੋਰ ਲੱਗੂ ਬਸ ਥੋੜੀ ਕੁ ਦੇਰ ਹੋਰ ਆ ਕੂੜਾ ਇਕੱਠਾ ਕਰ ਲਾਂ ਛਿੜਕ ਲੈਂਦੀ ਨਾ ਭਾਈ ਥੋੜਾ ਜਾ ਘਰ ਦੋ ਗਵਾਰ ਕਰਕੇ ਦੇ ਤਾਂ ਤੁਸੀਂ ਵੀਰੇ ਸਵੇਰੇ ਠਾ ਦਿੰਦੇ ਫਿਰ ਤਾਂ ਮੈਂ ਨਵੇੜ ਦਿੰਦੀ ਹੁਣ ਤੱਕ ਆਹੋ ਅੱਛਾ ਮੈਂ ਨਹੀਂ ਠਾਇਆ ਤੈਨੂੰ ਚਾਰ ਬਾਜਾਂ ਮਹਾਲੀਆਂ ਤੈਨੂੰ ਪਾਸੇ ਮਾਰੀ ਗਈ ਤੂੰ ਕਿਹੜਾ ਉੱਠੀ ਹੈ ਟਾਈਮ ਨਾਲ ਉੱਠਦੀ ਹੁਣ ਸਾਰਾ ਕੁਛ ਬਣ ਜਾਂਦਾ ਚੱਲ ਕੋਈ ਨਾ ਵੀਰੇ ਨਾ ਮੈਨੂੰ ਤਾਂ ਤੁਸੀਂ ਆਵਾਜ਼ਾਂ ਮਾਰੀ ਜਾਂਦੇ ਹੋ ਤੁਸੀਂ ਡੋਲੂ ਚੱਕ ਲਿਆ ਅਜੇ ਤੱਕ ਉਹ ਡੋਲੂ ਤਾਂ ਕੀ ਮੈਂ ਤਾਂ ਅੱਜ ਰੋਟੀ ਵਾਲਾ ਡੱਬਾ ਹੀ ਭੁੱਲ ਗਿਆ ਖੜ ਜਾ ਲਿਆਉਣਾ ਅੰਦਰੋਂ ਲੈ ਬਸ ਵੀਰੇ ਹੋ ਗਿਆ ਮੇਰਾ ਵੀ ਕੰਮ ਕਮੋ ਰੋਟੀ ਬਣ ਲਈ ਇਹ ਚ ਹਾਂ ਹਾਂ ਬਣ ਲਈ ਸੀ ਸਭ ਅੱਛਾ ਅੱਛਾ ਚਲ ਵਧੀਆ ਚਲ ਆ ਜਾ ਕੇਰਾ ਫਿਰ ਚਲੀ ਆ ਗਈ ਆਪ ਮੈਨੂੰ ਫੜਾ ਦੇ ਕਿਤੇ ਦੁੱਧ ਡੋਲੇ ਜੇ ਲੋ ਵੀਰੇ ਚਲੀਏ ਫਿਰ ਚਲੋ ਵੀਰੇ ਓਹੋ ਝਾੜੂ ਤਾਂ ਭਾਈ ਸ਼ਾਮੇ ਰੱਖ ਦੇ ਇੱਕ ਮਿੰਟ ਵੀਰੇ ਬਸ ਮੈਂ ਕਰੈਨੀ ਆ 50 ਰੁਪਈਆ ਦਾ ਹੋ ਰਿਹਾ ਇਹ ਕੋਈ ਨਾ ਵੀਰੇ ਐਵੇਂ ਨਾ ਲੜੀ ਜਾਇਆ ਕਰ ਸਾਰਾ ਦਿਨ ਉਹ ਲੜਦਾ ਨਹੀਂ ਤੂੰ ਧਿਆਨ ਨਹੀਂ ਰੱਖਦੀ ਪਤਾ ਨਹੀਂ ਕਿੱਧਰ ਖੋਈ ਰਹਿਣੀ ਹੈ ਮਾਰ ਕੇ ਲਾ ਦੀ ਗੇਟ ਕਿਤੇ ਕੋਈ ਡੰਗਰ ਵੱਛਾ ਪੜ ਜਾਏ ਲਗਾ ਚਲ ਬਹਿ ਜਾ ਆਏ ਕਰ ਆ ਧਰ ਲੈ ਥੱਲੇ ਆ ਚੁਬੂਗਾ ਤੇਰੇ ਆ ਪਰਨਾ ਧਰ ਲੈ ਥੱਲੇ ਬਹਿ ਜਾ ਤੇਰਾ ਜ਼ੋਰ ਲੱਗਦਾ ਹੋਣਾ ਚੜਾਈ ਤੇ ਉਹ ਫਿਰ ਕੀ ਹੁੰਦਾ ਫਿਰ ਵੀ ਵੀਰੇ ਵੀਰੇ ਆ ਦੇਖੀ ਕਿਵੇਂ ਗੱਡੀਆਂ 'ਚ ਜਾਂਦੇ ਆ ਲੋਕ ਆਪਣੀ ਆਪਣੀ ਕਿਸਮਤ 'ਚ ਨਹੀਂ ਹੈਗੀ ਗੱਡੀ ਲੈ ਐਡੀ ਕਿੱਡੀ ਕੀ ਗੱਲ ਹੈ ਆਪਣੀ ਕਿਸਮਤ 'ਚ ਹੈਗੀ ਕਿਉਂ ਨਹੀਂ ਹੈਗੀ ਆ ਪਰ ਵੀਰੇ ਆਪਾਂ ਕਦੋਂ ਲਵਾਂਗੇ ਇਹ ਗੱਡੀਆਂ ਕਾਰਾਂ ਲੈ ਗੱਡੀਆਂ ਕਾਰਾਂ ਕੀ ਜੇ ਰੱਬ ਨੇ ਮਿਹਨਤ ਰਾਸ ਲਿਆਤੀ ਨਾ ਟਰਾਲੇ ਲਵਾਂਗੇ ਆਪਾਂ ਤਾਂ ਤੂੰ ਇਹ ਸੋਚਿਆ ਕਰ ਆਹ ਜਿਹੜੀਆਂ ਵੱਡੀਆਂ ਵੱਡੀਆਂ ਕੋਠੀਆਂ ਵਾਲੇ ਨੇ ਨਾ ਹੈ ਨਾ ਐਡੇ ਐਡੇ ਚਬੂਤਰਿਆਂ 'ਤੇ ਰਹਿੰਦੇ ਨੇ ਹੈ ਨਾ ਉਹਨਾਂ ਦੀਆਂ ਇੱਟਾਂ ਆਪਣੇ ਭੱਠੇ ਤੋਂ ਜਾਂਦੀਆਂ ਨੇ ਬਸ ਨਾ ਤਰਸਯੋਗ ਹਾਲਤ ਤਾਂ ਆਪਣੀ ਇਹ ਆ ਜਿਹੜੀਆਂ ਇੱਟਾਂ ਆਪਣੇ ਮਕਾਨਾਂ ਨੂੰ ਕੱਚੀਆਂ ਲੱਗਦੀਆਂ ਨੇ ਨਾ ਉਹ ਇਹ ਸਰਮਾਏਦਾਰਾਂ ਦੇ ਘਰਾਂ ਨੂੰ ਜਾ ਕੇ ਮਹਿਲ ਬਣ ਜਾਂਦੀਆਂ ਨੇ ਇਹ ਤਾਂ ਗੱਲ ਹੈਗੀ ਹੈ ਤੇਰੀ ਵੀਰੇ ਚੱਲ ਕੋਈ ਨਾ ਤੂੰ ਨਾ ਐਂ ਫਿਕਰ ਕਰਿਆ ਕਰ ਮੈਨੂੰ ਪਤਾ ਮੇਰੀ ਭੈਣ ਮੈਂ ਤੇਰੇ ਸੁਪਨੇ ਮਾਰੇ ਨੇ ਮੇਰੇ ਕਰਕੇ ਤੂੰ ਪੜ੍ਹਾਈ ਛੱਡੀ ਵੀ ਮੇਰਾ ਭਾਈ ਇਕੱਲੀ ਮਿਹਨਤ ਕਰਦਾ ਕੋਈ ਨਾ ਤੇਰੇ ਸੁਪਨੇ ਤਾਂ ਮੈਂ ਪੂਰੇ ਕਰੂੰਗਾ ਚੱਲ ਆ ਗਿਆ ਭੱਠਾ ਬਸ ਕੀ ਕਹਿੰਦੀ ਆ ਮੈਂ ਕਿਹਾ ਕੋਈ ਨਾ ਵੀਰੇ ਜਿੰਨਾ ਕਿ ਤੂੰ ਮੇਰੇ ਵਾਸਤੇ ਕੀਤਾ ਹੈਗਾ ਉਹ ਵੀ ਬਹੁਤ ਆ ਉਹ ਚੱਲ ਕੋਈ ਨਹੀਂ ਭਾਈ ਤਾਂ ਭੈਣਾਂ ਵਾਸਤੇ ਕਰਦੀ ਆਏ ਨੇ ਚੱਲ ਕਹਿ ਫਿਰ ਜ਼ੋਰ ਲਗਾ ਕੇ ਹਈ ਛਾ ਸਾਲੇ ਅੱਜ ਆਈ ਨਹੀਂ ਹੈਗੇ ਸਾਰਾ ਪਾਣੀ ਛਿੜਕ ਲਿਆ ਨਹੀਂ ਤਾਂ ਇਦੋਂ ਪਹਿਲਾਂ ਹੀ ਆ ਜਾਂਦੇ ਨੇ ਪਤਾ ਤਾਂ ਹੈਗਾ ਸਾਲਿਆਂ ਨੂੰ ਵੀ ਮੇਰਾ ਤਾਂ ਸਰੀਰ ਟੁੱਟੂ ਆ ਗਏ ਵਾਹ ਬਾਈ ਆਹ ਬਣਾਤੀ ਗੱਲ ਕੀ ਹਾਲ ਨੇ ਬਾਈ ਵਧੀਆ ਵਧੀਆ ਠੀਕ ਹੈ ਇੰਨਾ ਲੇਟ ਨਾ ਹੋਇਆ ਕਰੋ ਬਾਈ ਉਹ ਯਾਰ ਇੰਨੇ ਟਾਈਮ ਲਵਾਤਾ ਤੈਨੂੰ ਪਤਾ ਲੱਗ ਗਿਆ ਉਹ ਯਾਰ ਤੁਹਾਨੂੰ ਤਾਂ ਪਤਾ ਮੇਰੇ ਤੋਂ ਕੰਮ ਹੀ ਨਹੀਂ ਹੁੰਦਾ ਇਹਨਾਂ ਬਿਨਾਂ ਯਾਰ ਸਮਾਨ ਵਾਸਤੇ ਤਾਂ ਤੁਹਾਡੀ ਪੂਜਾ ਕਰਦਾ ਰੱਬ ਵਾਂਗੂ ਇਹਦਾ ਪਾਉਣ ਲੱਗ ਰਿਹਾ ਫੜਦੇ ਨਾਲ ਸੰਭਲਿਆ ਚੱਲ ਠੀਕ ਆ ਫਿਰ ਉਹ ਅੱਜ ਤਾਂ ਪਾਣੀ ਵੀ ਨਹੀਂ ਪੀਣ ਦਿੱਤਾ ਤੁਸੀਂ ਨੇ ਚੱਲ ਠੀਕ ਹੈ Thank you.
ਕੀ ਪਤਾ ਨਹੀਂ ਕੌਣ ਨੇ ਕੇ ਰੋਜ਼ ਹੀ ਆ ਜਾਂਦੇ ਨੇ ਇੱਥੇ ਪਤਾ ਨਹੀਂ ਵੀਰੇ ਨਾਲ ਕੀ ਗੱਲ ਕਰਦੇ ਨੇ ਵੀਰੇ ਗੱਲ ਸੁਣਿਓ ਹਾਂ ਕੰਮੋ ਦੱਸ ਮੈਨੂੰ ਇਹ ਦੱਸੋ ਵੀਰੇ ਇਹ ਰੋਜ਼ ਆਉਂਦੇ ਨੇ ਮੁੰਡੇ 'ਚ ਕੌਣ ਨੇ ਇਹ ਉਹ ਮੇਰੇ ਦੋਸਤ ਨੇ ਤਾਂ ਵੀਰੇ ਨਾ ਤਾਂ ਤੂੰ ਕਿਸੇ ਕਾਲਜ ਜਾਂ ਸਕੂਲ 'ਚ ਪੜ੍ਹਿਆ ਨਾ ਤੇਰੀ ਇਹਨਾਂ ਨਾਲ ਉੱਠਣੀ ਬਹਿਣੀ ਹੈ ਫਿਰ ਕੌਣ ਨੇ ਇਹ ਓਹੋ ਤੈਨੂੰ ਦੱਸ ਤਾਂ ਦਿੱਤਾ ਮੇਰੇ ਦੋਸਤ ਨੇ ਹੁਣ ਮੈਨੂੰ ਦੋਸਤ ਇੱਥੇ ਮਿਲਣ ਵੀ ਨਹੀਂ ਆ ਸਕਦੇ ਵੀਰੇ ਇੰਨੇ ਵਿਹਲੇ ਕੌਣ ਨੇ ਜਿਹੜੇ ਰੋਜ਼ ਰੋਜ਼ ਆਉਂਦੇ ਨੇ ਅਤੇ ਸਿਰਫ 2 ਮਿੰਟ ਹੀ ਮਿਲ ਕੇ ਚੱਲ ਜਾਂਦੇ ਨੇ ਕੁੜੀਏ ਮੈਨੂੰ ਇੰਨੇ ਸਵਾਲ ਨਾ ਕਰਿਆ ਕਰ ਦੇਖ ਵੀਰੇ ਮੈਨੂੰ ਸੱਚੋ ਸੱਚ ਦੱਸ ਦੇ ਵੀ ਇਹ ਕੀ ਗੱਲ ਹੈਗੀ ਉਹ ਤੈਨੂੰ ਕੁਛ ਰੋਜ਼ ਦਿੰਦੇ ਨੇਗੇ ਅਤੇ ਤੂੰ ਖਾ ਵੀ ਜਾਂਦਾ ਉਹਦੀ ਕੀ ਗੱਲ ਆ ਇਹ ਸਾਰਿਆਂ ਨੂੰ ਕਿਹਾ ਸੀ ਵੀ ਪੜਦੇ 'ਚ ਦੇ ਜਾ ਕਰ ਵੀਰੇ ਹੁਣ ਮੇਰੇ ਤੋਂ ਲੁਕੋ ਨਾ ਰੱਖ ਮੈਨੂੰ ਸੱਚ ਸੱਚ ਦੱਸ ਦੇ ਉਹ ਲੁਕੋ ਵਾਲੀ ਗੱਲ ਤਾਂ ਕੀ ਹੈ ਕੁੜੀਏ ਤੈਨੂੰ ਪਤਾ ਹੀ ਆ ਸਾਰਾ ਦਿਨ ਆਪਾਂ ਇੱਥੇ ਖੱਪਦੇ ਹਾਂ ਉਹ ਨਾ ਬਸ ਕੁਛ ਗੋਲੀ ਗੱਪਾ ਜਿਹਾ ਮੰਗਾ ਲੈਂਦਾ ਉਹਨਾਂ ਤੋਂ ਥੋੜ੍ਹਾ ਸਿਹਤ ਠੀਕ ਰਹਿੰਦੀ ਉਹਦੇ ਨਾਲ ਨਹੀਂ ਫਿਰ ਜਾ ਕੇ ਥੱਕ ਜਾਈਦਾ ਤੜਕੇ ਉੱਠਣ ਨੂੰ ਜੀ ਨਹੀਂ ਕਰਦਾ ਵੀਰੇ ਤੈਨੂੰ ਕੀ ਮਿਲੂਗਾ ਇਹ ਸਭ ਕਰਕੇ ਇਹ ਸਭ ਗਲਤ ਹੈਗਾ ਉਹ ਗਲਤ ਤਾਂ ਮੈਨੂੰ ਵੀ ਪਤਾ ਕੁੜੀਏ ਪਰ ਕੀ ਕਰੀਏ ਹੋਰ ਆਪਣੇ ਵਾਸਤੇ ਕਿਹੜੇ ਬਦਾਮ ਰੱਖੇ ਹੋਏ ਨੇ ਘਰ ਦੇ ਫਿਰ ਵੀ ਵੀਰੇ ਅੱਗੇ ਦੀ ਜ਼ਿੰਦਗੀ ਵੀ ਦੇਖਣੀ ਹੈ ਸਰ ਕੋਈ ਨਾ ਫਿਕਰ ਨਾ ਕਰ ਤੂੰ ਮਰਜ਼ੀ ਹੈ ਵੀਰੇ ਤੁਹਾਡੀ ਮੇਰਾ ਤਾਂ ਸਮਝਾਉਣਾ ਫਰਜ਼ ਸੀ ਚੱਲ ਕੋਈ ਨਾ ਧਿਆਨ ਨਾਲ ਓਏ ਕੋਈ ਨਹੀਂ ਬਾਈ ਓਏ ਇੱਥੇ ਕਿਉਂ ਰੋਕ ਲਿਆ ਹੁਣ ਬਾਈ ਹੁਣ ਲੱਗ ਗਿਆ ਮੈਨੂੰ ਪਤਾ ਕੀ ਲੱਗ ਗਿਆ ਤੈਨੂੰ ਪਤਾ ਕਦ ਤੂੰ ਗੋਲੀਆਂ ਦੇ ਕੇ ਆਉਣਾ ਅੱਛਾ ਤੈਨੂੰ ਸਾਲਿਆ ਇੰਨਾ ਦਿਮਾਗ ਚੱਲਣ ਲੱਗ ਗਿਆ ਤੇਰਾ ਹਾਂ ਪੂਰਾ ਧਿਆਨ ਰੱਖਦਾ ਮੈਂ ਫਿਰ ਲਿਖਿਆ ਨਾ ਹੈ ਅਫਗਾਨ ਦਾ ਸਮਾਨ ਬਾਈ ਅਫਗਾਨ ਦਾ ਸਮਾਨ ਤਾਂ ਹੈਗਾ ਪਰ ਹਜੇ ਤੱਕ ਤੇਰੇ ਹਿਸਾਬ 'ਚ ਤਾਂ ਆਇਆ ਨਹੀਂ ਉਹ ਬੇਟੇ ਕੁਛ ਚੀਜ਼ਾਂ ਨੂੰ ਨਾ ਵਕਤ ਲੱਗਦਾ ਹੁੰਦਾ ਇਹ ਤੇਰੇ ਵਰਗੇ ਦੇ ਹਿਸਾਬ 'ਚ ਆਉਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਚੱਲ ਹੁਣ ਤੁਰ ਕਿਉਂ ਧੁੱਪੇ ਸਾੜਿਆ ਐਵੇਂ ਧੁੱਪ ਲੱਗਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਹਲੇ ਖਤਮ ਨਹੀਂ ਹੋਈ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਅਤੇ ਸੁਣੋ ਸਾਡਾ ਇਹ ਬਹੁਤ ਹੀ ਮਹੱਤਵਪੂਰਨ ਸੁਨੇਹਾ ਮਾਰਚ ਦੇ ਲਾਸਟ ਹਫ਼ਤੇ ਦੇ ਵਿੱਚ ਅਤੇ ਅਪ੍ਰੈਲ ਪੂਰਾ ਮੰਥ ਕ੍ਰਿਕਟ ਦਾ ਬਹੁਤ ਵੱਡਾ ਮਹਾਕੁੰਭ ਹੋਣ ਜਾ ਰਿਹਾ ਜਿਸ ਦਾ ਨਾਮ ਹੈ ਇੰਡੀਅਨ ਪ੍ਰੀਮੀਅਰ ਲੀਗ 2022 ਤੁਸੀਂ ਵੀ ਇਸ ਦਾ ਹਿੱਸਾ ਬਣ ਸਕਦੇ ਹੋ ਪਤਾ ਕਿਵੇਂ ਅਤੇ ਇਨਾਮ ਵੀ ਬਹੁਤ ਜਿੱਤ ਸਕਦੇ ਹੋ ਵਨ ਐਕਸ ਬੈਟ ਦੇ ਥਰੂ ਵਨ ਐਕਸ ਬੈਟ ਬਹੁਤ ਹੀ ਭਰੋਸੇਮੰਦ ਬੁੱਕਮੇਕਰ ਹੈ ਜਿਸ ਦੇ ਥਰੂ ਤੁਸੀਂ ਜਿੱਤਾਂ ਨੂੰ ਯਕੀਨਨ ਬਣਾ ਸਕਦੇ ਹੋ ਅਤੇ ਔਨਲਾਈਨ ਬੈਟਿੰਗ ਕਰਕੇ ਖੁਦ ਗੇਮਸ ਖੇਡ ਕੇ ਅਤੇ ਔਨਲਾਈਨ ਮੈਚ ਦੇਖ ਕੇ ਰਿਜ਼ਲਟ ਵੀ ਦੇਖ ਸਕਦੇ ਹੋ ਤੁਸੀਂ ਅਤੇ ਆਪਣੀ ਜਿੱਤ ਯਕੀਨਨ ਬਣਾ ਸਕਦੇ ਹੋ ਮੇਰੇ ਸਬਸਕ੍ਰਾਈਬਰਸ ਦੇ ਲਈ ਪਹਿਲੀ ਡਿਪੋਜ਼ਿਟ ਰਾਸ਼ੀ 15,600 ਅਤੇ ਤੁਸੀਂ ਬਹੁਤ ਆਸਾਨੀ ਦੇ ਨਾਲ ਪੇਟੀਐੱਮ ਬੈਂਕ ਅਤੇ ਹੋਰ ਬਹੁਤ ਸਾਰੇ ਤਰੀਕਿਆਂ ਦੇ ਰਾਹੀਂ ਆਪਣੀ ਜਿੱਤੀ ਹੋਈ ਰਾਸ਼ੀ ਨੂੰ ਬੈਂਕ ਡਿਪੋਜ਼ਿਟ ਵੀ ਕਰ ਸਕਦੇ ਹੋ ਮੈਂ ਚੁਣਦਾ ਹਾਂ ਮੈਂ ਵਰਤਦਾ ਹਾਂ ਤੁਸੀਂ ਵੀ ਕੋਸ਼ਿਸ਼ ਕਰ ਸਕਦੇ ਹੋ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦਿੱਤਾ ਹੋਇਆ ਅਤੇ ਪ੍ਰੋਮੋ ਕੋਡ ਦਿੱਤਾ ਹੋਇਆ ਜਲਦੀ ਜਲਦੀ ਯੂਜ਼ ਕਰੋ ਅਤੇ ਵੀ ਆਜਾ ਆਜਾ ਕੀ ਹੋ ਗਿਆ ਧਰਤਾ ਸਾਰਾ ਸਮਾਨ ਹਾਂ ਵੀਰੇ ਸਾਰਾ ਕੁਝ ਤਾਂ ਧਰਿਆ ਹੀ ਮੈਂ ਹੁਣ ਚੱਲ ਅੱਜ ਨਾ ਉੱਥੇ ਕੰਮ ਘੱਟ ਹੀ ਹੈ ਅੱਛਾ ਮੈਂ ਸੋਚਦਾ ਵੀ ਅੱਜ ਤੂੰ ਘਰੀ ਰਹਿ ਜਾ ਘਰੇ ਕੀ ਕਰੂੰ ਵੀਰੇ ਮੈਂ ਉੱਥੇ ਤੇਰੀ ਮਦਦ ਕਰ ਦੂੰ ਹੁਣ ਮਦਦ ਨੂੰ ਕਿਹੜਾ ਉੱਥੇ ਇੱਕ ਬੰਦਾ ਹੈ ਬਥੇਰੇ ਨੇ ਆਪਣੀ ਬਥੇਰ ਤੇ ਠੀਕ ਹੈ ਥੋੜਾ ਜਿਹਾ ਕੰਮ ਹੈ ਮੈਂ ਆਪ ਹੀ ਕਰੇ ਆਉਂਗਾ ਤੂੰ ਸਾਰਾ ਦਿਨ ਘਰੇ ਰਹੀ ਅੱਜ ਠੀਕ ਹੈ ਚੱਲ ਠੀਕ ਹੈ ਵੀਰੇ ਫਿਰ ਮੈਂ ਘਰ ਦਾ ਹੀ ਕੰਮ ਕਰ ਲੈਂਦੀ ਆਹੋ ਕਰਦਾ ਕਰਨੀ ਫਿਰ ਤੁਸੀਂ ਵਗ ਜਾਂਦੇ ਆ ਮੈਂ ਕਰ ਲੂੰ ਚੱਲ ਕੋਈ ਨੀ ਤੂੰ ਕਾਹਨੂੰ ਹੱਥ ਲਪੇੜੇਂਗੀ ਹੁਣ ਤਾਂ ਕਰਤਾ ਮੈਂ ਚੱਲ ਚੰਗਾ ਵੀਰੇ ਆਹੋ ਅੱਜ ਮੈਂ ਵੀ ਲੇਟ ਹੀ ਹੋ ਗਿਆ ਤੈਨੂੰ ਪਹਿਲਾਂ ਹੀ ਦੱਸ ਦਿੰਦਾ ਵੀਰੇ ਮੈਂ
ਕਹਿੰਦੀ ਕਾ ਤੋ ਕੱਲਾ ਖੱਪਦਾ ਫਿਰੇਗਾ ਮੈਨੂੰ ਵੀ ਨਾਲ ਹੀ ਲੈ ਚੱਲ ਵਧੀਆ ਤੇਰਾ ਟਾਈਮ ਨਾਲ ਰੋਟੀ ਪਾਣੀ ਕਰ ਦੂੰ ਮੈਂ ਓਹੋ ਕਿਉਂ ਫਿਕਰ ਕਰਦੀ ਹੁੰਦੀ ਐਨੀ ਤੂੰ ਉੱਥੇ ਰੋਟੀ ਪਾਣੀ ਨੂੰ ਭਲਾ ਮੈਂ ਕੱਲਾ ਕੁਛ ਨਹੀਂ ਹੁੰਦਾ ਵੀਰੇ ਫਿਰ ਵੀ ਇੰਨਾ ਕੁ ਕੰਮ ਤਾਂ ਮੈਨੂੰ ਕਰ ਹੀ ਲਿਆ ਕਰਨ ਦੇ ਓਹੋ ਤੈਨੂੰ ਮਹੀਨਾ ਹੋ ਗਿਆ ਮੇਰੇ ਨਾਲ ਪਥੇਰ ਤੇ ਜਾਂਦੀ ਇੱਕ ਦਿਨ ਨਹੀਂ ਤੂੰ ਘਰੇ ਰਹਿ ਕੇ ਦੇਖਿਆ ਹੁਣ ਅੱਜ ਰਹਿ ਜਾ ਮੈਂ ਆਪਦੇ ਮੂੰਹੋਂ ਕਹਿਣਾ ਫਿਰ ਮੈਂ ਆਪਦੇ ਮੂੰਹੋਂ ਕਹੂੰਗਾ ਚੱਲ ਫਿਰ ਤਾਂ ਜਾਣਾ ਨਹੀਂ ਦੇਖ ਲਈ ਚੱਲ ਚੰਗਾ ਵੀਰੇ ਫਿਰ ਤੂੰ ਜਾਈ ਆ ਆਹੋ ਜਾਂਦਾ ਮੈਂ ਚੱਲ ਹੱਥ ਨੇ ਮੂੰਗੀ ਦੀ ਦਾਲ ਕਰ ਲਈ ਹਾਂ ਠੀਕ ਹੈ ਨਾਲੇ ਟਾਈਮ ਨਾਲ ਰੋਟੀ ਖਾ ਲਿਓ ਆਹੋ ਆਹੋ ਚੰਗਾ ਲੱਗਦਾ ਅੱਜ ਕਿੱਥੇ ਹੈ ਹੀ ਨਹੀਂ ਇਕੱਲੇ ਹੀ ਲੱਗ ਰਿਹਾ ਜੀਤਾ ਚੱਲ ਪੁੱਛਦੇ ਨੂੰ ਉਹ ਕੀ ਹਾਲ ਨੇ ਜੀਤੇ ਉਹ ਕੀ ਹਾਲ ਨੇ ਬਾਈ ਕਿਵੇਂ ਆ ਠੀਕ ਹੈ ਉਹ ਕਾਹਨੂੰ ਬਾਈ ਹੱਥ ਲਵੇੜ ਲੇਗਾ ਚੱਲ ਕੋਈ ਗੱਲ ਨਹੀਂ ਕਿਵੇਂ ਆ ਇਕੱਲੇ ਹੀ ਲੱਗ ਰਿਹਾ ਅੱਜ ਉਹ ਬਸ ਬਾਈ ਅੱਜ ਮੈਂ ਗੁੜੀਆਂ ਨੂੰ ਕਹਿਤਾ ਮਹਾਂ ਤੂੰ ਘਰੇ ਰਹਿ ਇੱਟਾਂ ਹੀ ਥੱਲਣੀਆਂ ਨੇ ਮਹਾਂ ਚੱਲ ਮੈਂ ਇਕੱਲੇ ਹੀ ਥੱਲ ਦੂੰ ਅੱਛਾ ਓਹੋ ਹੋਰ ਸੁਣਾ ਬਾਈ ਕਿਵੇਂ ਆਉਣੇ ਹੋ ਗਏ ਬਸ ਤੇਰੇ ਲਈ ਆਇਆ ਸੀ ਸਮਾਨ ਸਮੂਨ ਚਾਹੀਦਾ ਉਹ ਨਾ ਨਾ ਬਾਈ ਅੱਜ ਨਹੀਂ ਯਾਰ ਕਿਉਂ ਉਹ ਬਾਈ ਕੱਲ੍ਹ ਨਾ ਆਪਣੀ ਗੁੜੀਆਂ ਨੂੰ ਪਤਾ ਲੱਗ ਗਿਆ ਸੀ ਯਾਰ ਉਹ ਬਹੁਤ ਗੁੱਸੇ ਹੋਈ ਕਹਿੰਦੀ ਬਾਈ ਆਹ ਕਿਹੜੇ ਕੰਮ ਅੱਜ ਪੈ ਗਿਆ ਉਹ ਐਂ ਕੀ ਹੁੰਦਾ ਇਹ ਤਾਂ ਬੋਲਦੀ ਰਹੀ ਇਹਨਾਂ ਨੇ ਤੂੰ ਆਹ ਫੜ ਸਮਾਨ ਨਾ 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 ਉਹ ਫੜ ਓਏ ਨਹੀਂ ਨਹੀਂ ਤੂੰ ਲਾ ਲਈ ਕੁਛ ਨਹੀਂ ਹੁੰਦਾ ਉਹ ਚੱਲ ਚੰਗਾ ਮੈਂ ਚੱਲਿਆ ਫਿਰ ਧਿਆਨ ਰੱਖਿਆ ਕਰ ਆਪਦਾ ਚੰਗਾ ਬਾਈ ਲੈ ਵੀ ਹੁਣ ਗਗਨ ਨੂੰ ਚੱਕਣਾ ਤੂੰ ਦਰਸ਼ਨ ਤਾਂ ਜ਼ਰੂਰੀ ਨੇ ਬਾਈ ਆਹੀ ਹੈ ਬਾਈ ਕਰੋ ਤਾਂ ਇਹੀ ਹੋ ਸਕਦਾ ਹੋਰ ਕਿਹੜਾ ਉਹਨੇ ਮਹਿਲ ਚਿਣਿਆ ਹੋਊ ਚੱਲ ਫਿਰ ਦੇਖਦੇ ਹਾਂ ਜੀਤੇ ਤੁਸੀਂ ਇੱਥੇ ਤੁਸੀਂ ਐ ਦੱਸੋ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਕਰੇ ਨਹੀਂ ਸਾਨੂੰ ਕੁਛ ਨਹੀਂ ਚਾਹੀਦਾ ਹੈਗਾ ਚਲੋ ਫੇਰ ਵੀ ਉਹ ਤਾਂ ਗੱਲ ਥੋੜੀ ਠੀਕ ਹੈ ਵੀ ਕੁਛ ਨਹੀਂ ਚਾਹੀਦਾ ਪਰ ਜੇ ਕੋਈ ਚੀਜ਼ ਵਸਤ ਦੀ ਲੋੜ ਹੁੰਦੀ ਆ ਮੈਨੂੰ ਦੱਸਿਓ ਐਵੇਂ ਵੀਰੇ ਨੂੰ ਤੰਗ ਨਾ ਕਰੇ ਲੈ ਤੁਹਾਨੂੰ ਕਿਉਂ ਦੱਸਣਾਗਾ ਮੇਰਾ ਵੀਰਾ ਹੈਗਾ ਓਏ ਉਹ ਤਾਂ ਮੈਨੂੰ ਪਤਾ ਹੈ ਵੀ ਤੇਰਾ ਵੀਰਾ ਹੈਗਾ ਮਿਹਨਤ ਵੀ ਬਹੁਤ ਕਰਦਾ ਪਰ ਮੈਨੂੰ ਨਾ ਚੰਗਾ ਜਿਹਾ ਨਹੀਂ ਲੱਗਦਾ ਤੂੰ ਜਦੋਂ ਉਹਦੇ ਨਾਲ ਕੰਮ ਕਰਦੀ ਆ ਉੱਥੇ ਜਾ ਕੇ ਤੂੰ ਇੰਨੀ ਸੋਹਣੀ ਹੈ ਉਹ ਜੇ ਕਿਤੇ ਚੰਗੇ ਘਰੇ ਜਨਮ ਹੋਇਆ ਹੁੰਦਾ ਨਾ ਤੇਰਾ ਤਾਂ ਅਗਲੇ ਨੇ ਰਾਣੀਆਂ ਵਾਂਗ ਰੱਖਣਾ ਸੀ ਤੈਨੂੰ ਮੈਨੂੰ ਪਤਾ ਹੈਗਾ ਕਿ ਮੇਰਾ ਵੀਰਾ ਬਹੁਤ ਮਿਹਨਤ ਕਰਦਾ ਕਮ ਸੇ ਕਮ ਉਹ ਇੰਨੇ ਪੈਸੇ ਤਾਂ ਜੋੜ ਹੀ ਲੈਂਦਾ ਕਿ ਅਸੀਂ ਦੋ ਵਕਤ ਦੀ ਰੋਟੀ ਖਾ ਸਕੀਏ ਅਸੀਂ ਜਿੰਨੇ ਜੋਗੇ ਹੈਗੇ ਹਾਂ ਠੀਕ ਆ ਓਹੋ ਤੁਸੀਂ ਤਾਂ ਗੁੱਸੇ ਹੀ ਕਰਕੇ ਉਹ ਤੁਸੀਂ ਆਹ ਚੰਗੇ ਘਰ ਵਾਲੀ ਗੱਲ ਤਾਂ ਛੱਡੋ ਪਰ ਜੇ ਤੁਹਾਨੂੰ ਕੋਈ ਸੋਹਣਾ ਮੁੰਡਾ ਮਿਲੇ ਮਤਲਬ ਚੰਗਾ ਜਿਹੜਾ ਤੁਹਾਡੇ ਸੋਹਣੇਪਣ ਦਾ ਮੁੱਲ ਪਾ ਦੇ ਆਹ ਗਰੀਬੀ 'ਚ ਤਾਂ ਕੋਈ ਸ਼ੌਂਕ ਪੂਰਾ ਹੁੰਦਾ ਨਹੀਂ ਤੁਹਾਨੂੰ ਨਹੀਂ ਲੱਗ ਰਿਹਾ ਤੁਸੀਂ ਹੱਦ ਤੋਂ ਵੱਧ ਹੀ ਬੋਲ ਰਹੇ ਹੋਗੇ ਨਾਲੇ ਅਸੀਂ ਜਿੰਨੇ ਜੋਗੇ ਹੈਗੇ ਹਾਂ ਖੁਸ਼ ਹਾਂ ਮੇਰਾ ਵੀਰਾ ਹੈਗਾ ਮੇਰੀ ਖੁਆਇਸ਼ਾਂ ਪੂਰੀਆਂ ਕਰਨ ਨੂੰ ਆਪਣੀ ਅਮੀਰੀ ਦੀ ਡੀਂਗ ਨਾ ਕਿਤੇ ਹੋਰ ਜਾ ਕੇ ਮਾਰਿਓ ਓਹੋ ਮੇਰੀ ਗੱਲ ਤਾਂ ਸੁਣੋ ਬਸ ਚੱਲ ਜਾਓ ਇੱਥੋਂ ਬਾਈ ਚੱਲ ਚੱਲ ਜੀ ਬਹੁਤ ਹੋ ਗਈ ਤੈਨੂੰ ਕਿਉਂ ਕਿਹਾ ਸਾਲਿਆ ਦੰਦ ਕੱਢੀਆਂ ਨੇ ਲੱਗਦਾ ਵਧੀਆ ਠੰਡੇ ਹੀ ਨਹੀਂ ਹੋ ਕੇ ਆ ਗਏ ਮੈਨੂੰ ਤੂੰ ਹੱਸ ਹੀ ਲੈ ਉਹ ਮਹਾਂ ਜਿਵੇਂ ਤੜਜੀ ਨਾਲ ਗਏ ਸੀਗੇ ਜਮੀ ਠੰਡੇ ਕਰਕੇ ਤੋਰ ਤੇ ਇਹ ਗੱਲ ਆ ਫਿਰ ਤੂੰ ਧਿਆਨ ਰੱਖ ਫਿਰ ਆਇਆ ਮੈਂ ਗਰਮ ਕਰਕੇ ਤੁਸੀਂ ਫੇਰ ਆ ਗਏ ਤੁਹਾਨੂੰ ਮੈਂ ਕੀ ਕਿਹਾ ਸੀ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਹੈਗੀ ਮੇਰੀ ਗੱਲ ਸੁਣਨੀ ਜਾਂ ਨਾ ਸੁਣਨੀ ਇਹ ਤੇਰੀ ਮਰਜ਼ੀ ਨਹੀਂ ਮੈਂ ਤਾਂ ਇੱਥੇ ਗੱਲ ਸੁਣਾਉਣੀ ਆਇਆ ਆਪਣੀ ਜ਼ੁਬਾਨ ਤੇ ਆਪਣੇ ਕਦਮਾਂ ਨੂੰ ਉੱਥੇ ਰੋਕ ਲਾ
ਨਹੀਂ ਵੇਖ ਲਾ ਅੱਗੇ ਆਉਣ ਦੀ ਹਿੰਮਤ ਨਾ ਕਰਦੀ। ਹਿੰਮਤ ਓਏ ਹਿੰਮਤ ਤਾਂ ਤੂੰ ਹਜੇ ਦੇਖੀ ਨਹੀਂ, ਨਾਲੇ ਆਹ ਕਦਮ ਇਹ ਤਾਂ ਨਹੀਂ ਹੁਣ ਰੁਕਦੀ ਤੇ ਆ ਜਵਾਨ, ਚੱਲ ਇਹਨੂੰ ਤਾਂ ਰੋਕ ਹੀ ਲਵਾਂਗੇ। ਛੱਡੋ ਮੈਨੂੰ, ਛੱਡੋ, ਇਹ ਕੀ ਕਰ ਰਹੇ ਹੋ ਤੁਸੀਂ? ਛੱਡੋ ਛੱਡੋ, ਹੱਥ ਨਾ ਲਾਓ ਮੈਨੂੰ, ਛੱਡੋ। ਲਾਈ ਬਿਨਾ ਕਿਵੇਂ ਚੱਲੂ? ਪਲੀਜ਼ ਮੈਨੂੰ ਛੱਡੋ। ਹੁਣ ਇੱਥੇ ਕੌਣ ਆ ਤੈਨੂੰ ਬਚਾਉਣ ਵਾਲਾ? ਓਏ ਆਸਤਾਨ ਨੇ ਕੀ ਚੰਨ ਚੜਦਾ? ਛੱਡੋ, ਦੂਰ ਕਰੋ ਹੱਥ, ਛੱਡੋ। ਖਸਮਾ ਆਵਾਜ਼ ਤਾਂ ਬੰਦ ਕਰ ਲੈ ਜੀ, ਪਲੀਜ਼ ਛੱਡੋ ਛੱਡੋ ਮੈਨੂੰ। ਕੋਈ ਆ ਹੀ ਨਾ ਜਾਵੇ ਸਾਲਾ, ਪਤਾ ਨਹੀਂ ਕਿੰਨਾ ਕੁ ਟਾਈਮ ਲਾਊ। ਸੱਚਾ ਇਹਨੂੰ ਇਹਦਾ ਬਣਦਾ ਇਨਾਮ ਤਾਂ ਦੇ ਦਈਏ। ਲੈ ਫੜ, ਜੇ ਹੋਰ ਲੋੜ ਹੋਈ ਦੱਸ ਦੀ, ਵੈਸੇ ਵੀ ਤੇਰੀ ਔਕਾਤ ਤੋਂ ਵੱਧ ਕੀ ਦਿੱਤੇ ਨੇ ਉੱਥੇ। ਉਹ ਮਿੱਟੀ ਦੀਆਂ ਇੱਟਾਂ ਨਾਲ ਮੱਥਾ ਮਾਰ ਮਾਰ ਕੇ ਐਵੇਂ ਆਪਦੇ ਹੱਥ ਖਰਾਬ ਕਰੀ ਜਾਂਦੀ ਸੀ, ਫਿਰ ਵੀ ਇੰਨੇ ਪੈਸੇ ਦੱਸੋ ਜੁੜਦੀ ਨਹੀਂ ਸੀ। ਚੱਲ ਜੇ ਲੋੜ ਹੋਈ ਹੋਰ ਤਾਂ ਦੱਸ ਦੀ ਮੈਨੂੰ। ਮਿਲ ਗਿਆ ਤੈਨੂੰ ਮੇਰੇ ਨਾਲ ਇਹ ਸਭ ਕਰਕੇ? ਸਾਡੇ ਗਰੀਬਾਂ ਕੋਲ ਤਾਂ ਕੱਲੀ ਇੱਜ਼ਤ ਹੀ ਹੁੰਦੀ ਹੈ, ਤੂੰ ਪੈਸੇ ਦੇ ਜ਼ੋਰ 'ਤੇ ਇਹਦੇ ਨਾਲ ਵੀ ਖੇਡ ਗਿਆ। ਤੈਨੂੰ ਨਹੀਂ ਪਤਾ ਤੂੰ ਕੀ ਬਰਬਾਦ ਕਰ ਗਿਆ ਮੇਰੀ ਜ਼ਿੰਦਗੀ, ਤਾਂ ਹੁਣ ਮੌਤ ਤੋਂ ਵੀ ਵੱਧ ਕੇ ਆ। ਤੂੰ ਇੱਥੇ ਕਿਵੇਂ? ਮੈਂ ਤੈਨੂੰ ਘਰੇ ਛੱਡ ਗਿਆ ਸੀ। ਬਸ ਵੀਰੇ ਮੇਰਾ ਜੀ ਨਹੀਂ ਲੱਗਿਆ ਘਰੇ, ਨਾਲੇ ਵੈਸੇ ਵੀ ਮਜ਼ਦੂਰ ਤਾਂ ਆਪਣੀ ਮਜ਼ਦੂਰੀ 'ਤੇ ਹੀ ਚੰਗਾ ਹੁੰਦਾ। ਚੱਲ ਜਿਵੇਂ ਤੇਰੀ ਮਰਜ਼ੀ ਭਾਈ, ਉਹ ਚੱਕ ਲੈ ਬਾਲਟੀ, ਉਧਰੇ ਟਾਂਕਣੀ ਥਾਂ ਛਿੜਕ ਲੈ। ਤੁਸੀਂ ਵੀ ਇਹ ਸੋਚਦੇ ਹੋਵੋਗੇ ਨਾ ਕਿ ਮੈਂ ਮਰੀ ਕਿਉਂ ਨਹੀਂ, ਪਰ ਉਹਨੇ ਸਹੀ ਹੀ ਕਿਹਾ ਸੀ। ਅਸੀਂ ਇੱਥੇ ਮਿੱਟੀ ਦੀ ਇੱਟਾਂ ਬਣਾ ਬਣਾ ਕੇ ਸਾਰੀ ਉਮਰ 'ਚ ਇੰਨਾ ਪੈਸਾ ਨਹੀਂ ਕਮਾ ਸਕਦੇ ਜਿੰਨਾ ਉਹ ਮੈਨੂੰ ਇੱਕ ਦਿਨ 'ਚ ਦੇ ਗਿਆ। ਵੀਰੇ ਪਾਣੀ ਪੀ ਲੈਂਦੇ? ਉਹ ਬਸ ਬਸ ਆ ਕੰਮ ਜਾਣੇ, ਮੇੜ ਕੀ ਪੀਊਂਗਾ ਹੁਣ ਤੁਹਾਨੂੰ? ਚੱਲ ਮਰ ਲੈ ਦਿੱਤਿਆ, ਕਿਤੇ ਉਹ ਨਾ ਤਾਲੂ ਨਾ ਜੀਵ ਲਾ ਦੇ, ਦੌਰਾ ਦੂਰਾ ਪੈ ਜੇ ਕਿਤੇ। ਉਹ ਭਾਈ ਦੌਰਾ ਦੂਰਾ ਸਾਡੇ ਕਾਮਿਆਂ ਦੀ ਨਹੀਂ ਪੈਂਦਾ, ਤੁਹਾਡੇ ਸ਼ਹਿਰੀ ਟੱਟੂਆਂ ਦੇ ਪੈਂਦਾ ਦੌਰਾ ਤਾਂ। ਆਹੋ ਵੀਰੇ, ਹਾਂ ਵੀਰੇ ਮੈਂ ਕਹਿੰਦੀ ਸੀ ਵੀ ਮੇਰਾ ਪੇਟ ਦਰਦ ਕਰ ਰਿਹਾ, ਮੈਂ ਡਾਕਟਰ ਕੋਲ ਜਾਇਆ ਵਾਂ। ਪੇਟ ਨੂੰ ਕੀ ਹੋ ਗਿਆ ਤੈਨੂੰ? ਖਾਦਾ ਪੀਤਾ ਕੀ ਸੀ ਤੂੰ? ਪਤਾ ਨਹੀਂ ਵੀਰੇ, ਬਟ ਨਾ ਬਹੁਤ ਦਰਦ ਕਰ ਰਿਹਾ। ਤੈਨੂੰ ਕਿੰਨੀ ਵਾਰ ਕਿਹਾ ਬੱਠਲ ਆਪ ਤੋਂ ਨਾ ਚੱਕਿਆ ਕਰ ਮਿੱਟੀ ਵਾਲੇ, ਤੂੰ ਮੇਰਾ ਢਿੱਡ ਇਕੱਠਾ ਕਰਾ ਲਈ। ਚੱਲ ਮੈਂ ਦਬਾ ਕੇ ਲਿਆਵਾਂ ਦਵਾਈ। ਉਹ ਬਾਈ ਤੁਸੀਂ ਬੈਠੋ ਯਾਰ, ਮੈਂ ਆਇਆ ਮਾੜਾ ਜਿਹਾ ਦਵਾਈ ਦਵਾ ਲਿਆ ਮੈਂ ਕੁੜੀ ਨੂੰ। ਕੀ ਹੋ ਗਿਆ? ਉਹ ਕੁਛ ਨਹੀਂ ਯਾਰ, ਉਹ ਭਜਨ ਭੁਜਨ ਚੱਕੀ ਜਾਂਦੇ ਨੇ, ਢਿੱਡ ਜਿਹਾ ਦੁੱਖ ਗਿਆ ਇਹਦਾ। ਚੱਲ ਮੈਂ ਵੀ ਉੱਧਰ ਹੀ ਜਾਣਾ ਫਿਰ, ਮੈਂ ਲੈ ਜਾਣਾ, ਮੈਂ ਤਾਂ ਵਾ ਲੈਣਾ ਦਵਾਈ। ਤੁਹਾਨੂੰ ਕੰਮ ਨਾ ਹੋਵੇ ਬਾਈ? ਨਾ ਨਾ ਕੋਈ ਨਹੀਂ, ਤੂੰ ਕੰਮ ਛੱਡ ਦੇਗਾ ਇੱਥੇ, ਕੰਮ ਕਰ ਲਓ। ਹੋਰ ਕੋਈ ਨਹੀਂ ਵੀਰੇ, ਤੁਸੀਂ ਕੰਮ ਕਰ ਲਓ। ਚੱਲ ਮਾੜਾ ਜਿਹਾ ਬਾਈ ਹੈਗਾ ਤੇਰੇ ਨਾਲ।
ਚੱਲ ਠੀਕ ਹੈ ਤੇ ਮੈਂ ਦਵਾ ਦੇਣਾ ਚੱਲ ਧਿਆਨ ਨਾਲ ਪੁੱਛ ਲਈ ਜਾਂਗਾ ਬਾਈ ਚੱਲ ਜਾ ਬਾਈ ਉਹ ਬਾਈ ਕੀ ਪਤਾ ਲੱਗਦਾ ਯਾਰ ਅੱਜ ਕੱਲ ਨਾ ਨਾਜ਼ੁਕ ਸਰੀਰ ਹੈ ਯਾਰ ਕੁਛ ਨਹੀਂ ਪਤਾ ਲੱਗਦਾ ਖਾਣ ਪੀਣ ਨੂੰ ਬਾਈ ਕੀ ਹੈ ਸਾਡੇ ਲਵੇ ਯਾਰ ਥੱਕੇ ਨੇ ਇਕੱਲੇ ਮਿਹਨਤ ਹੈ ਬਾਈ ਗਰਮੀ ਦਾ ਤਾਂ ਹੈਗਾ ਹੀ ਹੈ ਟਾਈਮ ਹੋਰ ਬਾਈ ਤੇਰੇ ਵਾਸਤੇ ਚਾਹ ਬਣਾਉਣਾ ਯਾਰ ਥੋੜ੍ਹੀ ਨਾ ਨਾ ਪੀਂਦੇ ਹਾਂ ਆਪਾਂ ਚਾਹ ਪੀਂਦੇ ਹਾਂ ਯਾਰ ਹਾਂ ਢਿੱਡ ਵਾਲੀ ਤਾਂ ਬੜੀ ਸਕੀਮ ਲਾਈ ਪਹਿਲਾਂ ਤੁਸੀਂ ਸਕੀਮ ਲਾਈ ਸੀ ਹੁਣ ਮੇਰੀ ਵਾਰੀ ਆਈ ਮੈਂ ਲਾ ਲਈ ਅੱਛਾ ਲੱਗਦਾ ਮਾਇਆ ਦਾ ਫਿਰ ਸਵਾਦ ਪੈ ਗਿਆ ਹੈ ਮਾਇਆ ਫਿਰ ਚੀਜ਼ ਹੀ ਇਹੋ ਜਿਹੀ ਹੈ ਅੱਖਾਂ ਮੂਹਰੇ ਪਰਦਾ ਲਿਆ ਦਿੰਦੀ ਹੈ ਅੱਛਾ ਫਿਰ ਤਾਂ ਚੱਲੀਏ ਚੱਲ ਤਾਂ ਪੈਂਦੇ ਹਾਂ ਪਰ ਹੁਣ ਨਾ ਕਿਵੇਂ ਦੁੱਗਣੀ ਲੱਗੂਗੀ ਅੱਛਾ ਜੀ ਜਿਹੜੀ ਕੁੜੀ ਮੈਨੂੰ ਪਹਿਲੇ ਦਿਨ ਖਾਣ ਨੂੰ ਪੈਂਦੀ ਸੀ ਅੱਜ ਉਹ ਆਪਦੀ ਕੀਮਤ ਆਪ ਹੀ ਤੈਅ ਕਰੀ ਜਾਂਦੀ ਹੈ ਚਲੋ ਜੀ ਤੁਹਾਡਾ ਕਿਹਾ ਸਿਰ ਮੱਥੇ ਚਲੋ ਯਾਰ ਇਹ ਵੀ ਕਿੱਡੀ ਤਕੜੀ ਚੀਜ਼ ਹੈ ਨਾ ਕੁੜੀਏ ਪਾਣੀ ਲਿਆ ਤੂੰ ਵੀਰੇ ਫੇਰ ਪੀ ਕੇ ਆ ਗਿਆ ਅੱਜ ਉਹ ਯਾਰ ਮੈਂ ਨਹੀਂ ਪੀ ਕੇ ਆਇਆ ਉਹਦੇ ਨਾ ਮੇਰੇ ਰਾਸਤੇ ਮੈਨੂੰ ਮੇਰੇ ਦੋਸਤ ਮਿਲ ਗਏ ਵੀਰੇ ਪਹਿਲਾਂ ਤਾਂ ਤੂੰ ਚੰਗੀ ਤਰ੍ਹਾਂ ਖਾ ਉਹ ਦੋਸਤ ਮਿਲ ਗਏ ਬਸ ਉਹਨਾਂ ਦੋਸਤਾਂ ਨੇ ਪਿਆਤੀ ਫਿਰ ਤਾਂ ਸਾਰੇ ਪੈਸੇ ਹੈ ਨਾ ਮੈਂ ਦੋ ਹੀ ਪੈਸੇ ਲਾਏ ਨੇ ਪੈਸੇ ਤਾਂ ਮੇਰੇ ਯਾਰਾਂ ਨੇ ਲਾਏ ਨੇ ਬਾਲੇ ਚੰਗੇ ਯਾਰ ਮਿਲਣੇ ਮੈਨੂੰ ਅੱਛਾ ਸਰਦਾਰਾਂ ਦੇ ਮੁੰਡੇ ਪਹਿਲੀ ਵਾਰ ਦੇਖਿਆ ਕੋਈ ਸਰਦਾਰ ਗਰੀਬ ਦਾ ਦੋਸਤ ਹੋਵੇ ਇਹ ਉਹੀ ਦੋਸਤ ਨੇ ਨਾ ਜਿਹੜੇ ਭੱਠੇ 'ਤੇ ਆਉਂਦੇ ਨੇ ਹਾਂ ਉਹੀ ਦੋਸਤ ਨੇ ਫਿਰ ਇੱਥੇ ਘਰੇ ਕਿਉਂ ਨਹੀਂ ਆਏ ਅੱਜ ਘਰੇ ਗਿਆ ਹੋਣਾ ਜੀ ਉਹਨਾਂ ਨੇ ਉਹੀ ਜੋ ਕਰਨ ਆਉਂਦੇ ਆ ਕੀ ਬੋਲਿਆ ਨੀ ਤੂੰ ਤੈਨੂੰ ਨਹੀਂ ਸਮਝ ਆਉਂਦੀ ਮੈਂ ਦੱਸਦੀ ਹਾਂ ਤੈਨੂੰ ਉਹ ਇੱਥੇ ਕੀ ਕਰਨ ਆਉਂਦੇ ਆ ਕੀ ਕਰਨ ਆਉਂਦੇ ਆ ਇਹ ਬੜਾ ਕੀ ਮਾਰੀ ਜਾਂਦੀ ਆ ਜਲਦੀਆਂ ਇਹ ਨਹੀਂ ਆਹ ਚੰਗੇ ਨਹੀਂ ਆ ਮੁੱਲ ਆ ਜਿਹੜੇ ਤੇਰੇ ਦੋਸਤ ਲਗਾਉਂਦੇ ਰਹੇ ਤੂੰ ਬਸ ਵੀਰੇ ਤੂੰ ਮੇਰੇ ਨਾਲ ਤਾਂ ਕੀ ਖੜਨਾ ਤੇਰੇ ਤੋਂ ਤਾਂ ਆਪਣੇ ਪੈਰਾਂ ਤੇ ਵੀ ਨਹੀਂ ਸਿੱਧਾ ਖੜਾ ਜਾਂਦਾ ਆਹ ਮੁੱਲ ਹੈ ਤੇਰੀ ਭੈਣ ਦੀ ਇੱਜ਼ਤ ਦਾ ਇਹਨਾਂ ਚਾਰ ਪੈਸਿਆਂ ਵਾਸਤੇ ਇੱਜ਼ਤ ਰੁੜਦੀ ਫਿਰਦੀ ਹੈ ਮੇਰੀ ਤੇਰੇ ਤੋਂ ਤਾਂ ਵੀਰੇ ਖੜਿਆ ਵੀ ਨਹੀਂ ਜਾ ਰਿਹਾ ਆਪਣੇ ਵੱਲ ਵੇਖ ਕੇ ਸੋਚ ਕੁਛ ਰੋ ਲਾ ਤੂੰ ਮੈਨੂੰ ਹੋਸ਼ ਹੈ ਨਸ਼ੇ ਸਮਝ ਆਵੇ ਨਾ ਆਵੇ ਪਰ ਮੈਨੂੰ ਤੇਰੇ ਆਹ ਹੰਝੂ ਜ਼ਰੂਰ ਸਮਝ ਆਉਂਦੇ ਨੇ ਮੈਂ ਸਾਰਿਆਂ ਦੀ ਮੈਂ ਮਾਰ ਦੂੰ ਸਾਰਿਆਂ ਜਾਨ ਵੀਰੇ ਪਹਿਲਾਂ ਤੂੰ ਚੈਨ ਨਾ ਖੜ ਤੂੰ ਕੁਛ ਨਹੀਂ ਕਰ ਸਕਦਾ ਵੀਰੇ ਉਹ ਪੈਸੇ ਵਾਲੇ ਨੇ ਤੇ ਆਪਣੀ ਇੰਨੀ ਔਕਾਤ ਨਹੀਂ ਹੈਗੀ ਕਿ ਆਪਾਂ ਉਹਨਾਂ ਅੱਗੇ ਬੋਲ ਵੀ ਜਾਈਏ ਤੂੰ ਬਸ ਇੰਨਾ ਕਰ ਕਿ ਮੇਰੇ ਨਾਲ ਖੜ ਤੇਰੀਆਂ ਤਾਂ ਮੈਂ ਆਪੇ ਬਦਲ ਦੂੰ ਤੇ ਆ ਸ਼ਰਾਬ ਜੀ ਛੱਡ ਮੁੜ ਕੇ ਨਾ ਕਦੇ ਉਹਨਾਂ ਨਾਲ ਪੀ ਉਸ ਦਿਨ ਤੋਂ ਬਾਅਦ ਕੰਮੋ ਦੀ ਤਾਂ ਜਿਵੇਂ ਜ਼ਿੰਦਗੀ ਬਦਲ ਗਈ ਤੇ ਉਹਦਾ ਭਾਈ ਵੀ ਉਹਦਾ ਪੂਰਾ ਸਾਥ ਦੇਣ ਲੱਗਿਆ ਬੜੇ ਹੌਸਲੇ ਦੇ ਨਾਲ ਕੰਮੋ ਨੇ ਆਪਣੀ ਇੱਜ਼ਤ ਦੇ ਲੱਗੇ ਮੁੱਲ ਦੇ ਨਾਲ ਹੀ ਆਪਣੀ ਪੜ੍ਹਾਈ ਸ਼ੁਰੂ ਕੀਤੀ ਤੇ ਉਹਦਾ ਭਾਈ ਲੋਕਾਂ ਦੀ ਬਿਨਾਂ ਸੁਣੇ ਅੰਥਕ ਮਿਹਨਤ ਕਰਦਾ ਤੇ ਕੰਮੋ ਦਾ ਪੂਰਾ ਸਾਥ ਦਿੰਦਾ ਜੇ ਕਦੇ ਕੋਈ ਉਹਨੂੰ ਕੁਛ ਕਹਿੰਦਾ ਵੀ ਪਤਾ ਉਹ ਕੀ ਜਵਾਬ ਦਿੰਦਾ ਤੁਸੀਂ ਆਪ ਹੀ ਸੁਣ ਲਓ
ਲੈ ਪਾਦੇ ਪਾਦੇ ਬਾਈ ਪਰਦੇ ਕਰਾਂ ਨੱਕੋ ਨੱਕ ਕਰਦੇ ਉਹ ਬੋਲੇ ਭਾਈ ਤੂੰ ਤਾਂ ਇੰਨੀ ਮਿਹਨਤ ਕਰੀ ਜਾਣਾ ਯਾਰ ਹਾਂ ਭਾਈ ਇਹਨੂੰ ਪੜਨ ਲਾ ਰੱਖਿਆ ਹਾਂ ਆਪਣੇ ਵਾਸਤੇ ਕਿਹੜਾ ਨੌਕਰੀਆਂ ਧਰੀਆਂ ਪਈਆਂ ਨੇ ਯਾਰ ਓਏ ਬਾਈ ਗੱਲ ਨੌਕਰੀਆਂ ਦੀ ਥੋੜੀ ਆ ਯਾਰ ਆਪਣੇ ਨਾ ਸਰਕਾਰਾਂ ਨੇ ਦਿਮਾਗ 'ਚ ਇੱਕ ਚੀਜ਼ ਪਾਤੀ ਵੀ ਮਜ਼ਦੂਰ ਦਾ ਜਵਾਕ ਤਾਂ ਮਜ਼ਦੂਰ ਹੀ ਬਣੂਗਾ ਜੇ ਆਪਾਂ ਬੋਲੇ ਭਾਈ ਆਹ ਗੱਲਾਂ ਸੋਚਣ ਲੱਗ ਗਏ ਫਿਰ ਆਪਣੇ ਪੱਲੇ ਤਾਂ ਇਕੱਲੀ ਮਜ਼ਦੂਰੀ ਹੋ ਰਹਿ ਜੂ ਨਾ ਆਪਣੇ ਜਵਾਕ ਕਦੋਂ ਅਫਸਰ ਬਣਨਗੇ ਆਪਾਂ ਨੂੰ ਇਹ ਰੀਤ ਤੋੜਨੀ ਪਊ ਸਮਝ ਗਿਆ ਹਾਂ ਵੀਰੇ ਪਾਣੀ ਪੀ ਲਾ ਉਹ ਬਸ ਬਸ ਕੁੜੀਏ ਪਾਣੀ ਨੂੰ ਕੀ ਹੈ ਕੋਈ ਨਾ ਤੂੰ ਬਸ ਧਿਆਨ ਨਾਲ ਪੜ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸੀਨਾ ਪਾੜ ਕੇ ਪੱਥਰਾਂ ਦਾ।